ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਰ ਦਰਗਾਹੀ ਸ਼ਾਹੀ ਜੀ ਨੂੰ ਆਮ ਲੋਕ ਰੱਬ ਨੂੰ ਪਹੁੰਚਿਆ ਹੋਇਆ ਫੱਕਰ ਕਹਿੰਦੇ ਸਨ। ਪੀਰ ਦਰਗਾਹੀ ਸ਼ਾਹੀ ਜੀ ਪਿੰਡ ਨਾਭਾ ਪਰਗਣਾ ਡੇਰੀ ਬੱਸੀ ਦੇ ਬਾਹਰ ਵਾਰ ਝੁੱਗੀ ਵਿੱਚ ਹੀ ਰਹਿੰਦੇ ਸਨ। ਇਹਨਾਂ ਨੂੰ ਨਾਮ ਖੁਮਾਰੀ ਚੜ੍ਹੀ ਹੋਈ ਸੀ। ਇਹ ਪ੍ਰਭੂ ਦੇ ਰੰਗ ਵਿੱਚ ਰਤੇ ਹੋਏ, ਅੱਲਾ ਪਾਕ ਦੀ ਯਾਦ ਵਿੱਚ ਰਤੇ ਹੋਏ ਸਨ। ਇਹ ਪੰਜ ਨਮਾਜ਼ਾਂ ਦੇ ਪੜ੍ਹਨ ਵਾਲੇ ਅਤੇ ਰੋਜ਼ਿਆਂ ਦੇ ਰੱਖਣਹਾਰੇ ਸਨ। ਕਦੇ ਵੀ ਯਾਦ ਅਲਾਹੀ ਤੋਂ ਗਾਫਲ ਨਹੀਂ ਸਨ ਹੁੰਦੇ। ਕਦੇ ਤਸਵੀ ਮਾਲਾ ਹੱਥ ਲੈ ਕੇ ਜਾਪ ਕਰਦੇ ਸਨ। ਨਵੰਬਰ 1675 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਮਿਟਾਉਣ ਦੀ ਖਾਤਰ ਦਿੱਲੀ ਜਾ ਕੇ ਸਾਕਾ ਕੀਤਾ ਤਾਂ ਸਾਹਿਬਾਂ ਦਾ ਸਿਰ ਭਾਈ ਜੈਤਾ ਜੀ ਚੁੱਕ ਕੇ ਲੈ ਕੇ ਆਏ। ਸੋਨੀਪਤ, ਪਾਣੀਪਤ, ਕਰਨਾਲ ਲੰਘ ਕੇ ਤਰਵੜੀ ਅਮੀਰ ਖਾਂ ਦੇ ਕਿਲੇ ਦੇ ਕੋਲ ਆ ਕੇ ਉਹਨਾਂ ਨੇ ਆਰਾਮ ਕੀਤਾ ਅਤੇ ਆਪਣਾ ਥਕੇਵਾਂ ਲਾਇਆ। ਫਿਰ ਅਗਲੇ ਪੜਾਅ 'ਤੇ ਚੱਲ ਅਗਲੇ ਦਿਨ ਅੰਬਾਲਾ ਸ਼ਹਿਰ ਕੈਥ ਮਾਜਰੀ ਵਿੱਚ ਤਬੱਲਕ ਸ਼ਾਹ ਦੀ ਮਸੀਤ ਪਾਸ ਆ ਗਏ। ਫਿਰ ਭਾਈ ਜੈਤਾ ਜੀ ਅੰਬਾਲੇ ਤੋਂ ਚੱਲ ਕੇ ਗੁਰੂ ਜੀ ਦਾ ਸੀਸ ਚੁੱਕ ਕੇ ਸਾਈਂ ਦਰਗਾਹੀ ਸ਼ਾਹ ਪਾਸ ਆਏ ਅਤੇ ਉਹਨਾਂ ਨੂੰ ਆ ਕੇ ਰਾਤ ਕੱਟਣ ਲਈ ਆਖਿਆ। ਸਾਈਂ ਦਰਗਾਹੀ ਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਜੀਆਂ ਆਇਆਂ ਨੂੰ ਆਖਿਆ ਅਤੇ ਵਿਸ਼ਰਾਮ ਕਰਨ ਵਾਸਤੇ ਜਗ੍ਹਾ ਦਿੱਤੀ ਅਤੇ ਖਾਣ ਪੀਣ ਦੀ ਸੇਵਾ ਕੀਤੀ। ਫਿਰ ਸਾਹਿਬਾਂ ਦੇ ਦਰਸ਼ਨ ਕਰਾਉਣ ਦੀ ਬੇਨਤੀ ਕੀਤੀ। ਜਦ ਭਾਈ ਜੈਤਾ ਜੀ ਨੇ ਸਤਿਗੁਰਾਂ ਦੇ ਨੂਰੀ ਚਿਹਰੇ ਤੋਂ ਕੱਪੜਾ ਹਟਾਇਆ ਤਾਂ ਦਰਸ਼ਨ ਕਰਕੇ ਸੱਤ ਸਲਾਮਾਂ ਕਰਦਿਆਂ ਹੀ ਅੱਖੀਆਂ ਭਰ ਕੇ ਬੁਸਕਣ ਲੱਗੇ। ਭਾਈ ਜੈਤਾ ਜੀ ਰੋਣ ਤੋਂ ਰੋਕਣ ਲੱਗੇ ਪਰ ਪੀਰ ਜੀ ਦਾ ਗੱਚ ਨਾ ਹੀ ਸੁੱਕਾ। ਜਿਉਂ ਜਿਉਂ ਭਾਈ ਜੈਤਾ ਜੀ ਚੁੱਪ ਕਰਾਉਣ ਤਿਉਂ ਤਿਉਂ ਹੀ ਉਹ ਅੱਖੀਆਂ ਜ਼ਿਆਦਾ ਛਮਛਮ ਪਈਆਂ ਵਸਣ। ਆਖਰ ਹੌਲੀ ਹੌਲੀ ਸ਼ਾਂਤੀ ਹੋਣ ਲੱਗੀ, ਦਿਲ ਕਾਬੂ ਆਇਆ ਤਾਂ ਸੁਭਾਵਕ ਮੂੰਹੋਂ ਨਿਕਲਿਆ, ਜਾ ਓਏ ਔਰੰਗਿਆ, ਬਾਬੇ ਬਕਾਲੇ ਦੇ ਤਪਸਵੀ ਨੂੰ ਅਤੇ ਦਿੱਲੀ ਦੇ ਆਬਾਦ ਸਰਮਦ ਨੂੰ ਕਤਲ ਕਰਕੇ ਕੀ ਤੂੰ ਅੱਲਾ ਦੀ ਦਰਗਾਹ ਜਾਣ ਜੋਗਾ ਰਹੇਗਾ? ਇਹ ਕੁਝ ਕਰਕੇ ਬਹਿਸ਼ਤ ਦੇ ਸੁਪਨੇ ਲੈਂਦਾ ਹੈ, ਤੈਨੂੰ ਤਾਂ ਅੱਲਾ ਪਾਕ ਦੋਜ਼ਖ ਅੰਦਰ ਭੇਜੇਗਾ। ਅਜਿਹੇ ਵਾਰਤਾਲਾਪ ਪਿੱਛੋਂ ਕੁਝ ਆਪਸ ਵਿੱਚ ਇਸ ਖੂਨੀ ਸਾਕੇ ਬਾਰੇ ਗੱਲਾਂ ਚੱਲ ਪਈਆਂ ਤਾਂ ਪੀਰ ਜੀ ਨੇ ਆਖਿਆ, ਜਿਹੜਾ ਭਰਾਵਾਂ ਨੂੰ ਕਤਲ ਕਰਕੇ ਪਿਓ ਨੂੰ ਕੈਦ ਕਰਕੇ ਤਖ਼ਤ ਲੈਂਦਾ ਹੈ ਅਤੇ ਅਜਿਹੇ ਮਹਾਤਮਾ ਬੇਕਸੂਰਾਂ 'ਤੇ ਹੱਥ ਚੁੱਕਦਾ ਹੈ, ਉਸ ਨੂੰ ਦੋਜ਼ਖ ਦੀ ਭਾਅ ਤੋਂ ਬਿਨਾਂ ਕੋਈ ਵੀ ਟਿਕਾਣਾ ਨਹੀਂ ਮਿਲਦਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਹੀ ਦਿਨ ਚੜ੍ਹ ਗਿਆ। ਜਦੋਂ ਭਾਈ ਜੈਤਾ ਜੀ ਤੁਰਨ ਦੀ ਤਿਆਰੀ ਕਰਨ ਲੱਗੇ ਤਾਂ ਸਾਈਂ ਜੀ ਨੇ ਆਖਿਆ ਕਿ ਗੁਰੂ ਦਿਆ ਸਿੱਖਾ, ਇੱਕ ਮੇਰਾ ਸੁਨੇਹਾ ਸ਼੍ਰੀ ਗੁਰੂ ਗੋਬਿੰਦ ਰਾਏ ਨੂੰ ਦੇ ਦੇਣਾ। ਆਖਣਾ, ਦਰਗਾਹੀਆ ਬੁੱਢਾ ਹੋ ਗਿਆ ਹੈ, ਅੱਖੀਆਂ ਸਾਥ ਛੱਡ ਚੱਲੀਆਂ ਨੇ, ਪੈਰ ਲੜਖੜਾਉਂਦੇ ਨੇ, ਫਰੀਦ ਜੀ ਦੇ ਕਹਿਣ ਅਨੁਸਾਰ ਕੂਜੜਾ ਸਹਿ ਕੋਹਾਂ 'ਤੇ ਦਿਸਦਾ ਹੈ, ਮਨ ਦਰਸ਼ਨਾਂ ਨੂੰ ਲੋਚਦਾ ਹੈ, ਬੇਵਸ ਹਾਂ, ਅਰਜ਼ੋਈਆਂ ਕਰਦਾ ਹਾਂ ਕਿ ਇੱਕ ਵੇਰਾਂ ਮਿਹਰ ਦੇ ਘਰ ਆਓ ਅਤੇ ਇਸ ਨਾਚੀਜ਼ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਮੈਂ ਆਸ ਰੱਖਦਾ ਹਾਂ ਕਿ ਜ਼ਰੂਰ ਹੀ ਆਪ ਜੀ ਕਿਰਪਾ ਕਰੋਗੇ। ਇਹ ਸੁਨੇਹਾ ਲੈ ਕੇ ਭਾਈ ਜੈਤਾ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਤਿਆਰੀ ਕੀਤੀ। ਅਗਲੇ ਦਿਨ ਸ਼੍ਰੀ ਕੀਰਤਪੁਰ ਸਾਹਿਬ ਪਹੁੰਚ ਗਏ। ਉੱਥੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਖਬਰ ਦਿੱਤੀ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਸੰਗਤਾਂ ਨੂੰ ਨਾਲ ਲੈ ਕੇ ਸਵਾਗਤ ਲਈ ਆਏ। ਕੀਰਤਨ ਕਰਦਿਆਂ ਹੋਇਆਂ ਹਜ਼ੂਰ ਦੇ ਸੀਸ ਨੂੰ ਬਿਬਾਨ ਵਿੱਚ ਰੱਖ ਕੇ ਜਲੂਸ ਦੀ ਸ਼ਕਲ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲਿਜਾ ਕੇ ਸੀਸ ਦਾ ਸੰਸਕਾਰ ਕਰ ਦਿੱਤਾ ਗਿਆ।
ਜਦ ਇਸ ਕਾਰਜ ਤੋਂ ਹਜ਼ੂਰ ਵਿਹਲੇ ਹੋਏ ਤਾਂ ਭਾਈ ਜੈਤਾ ਜੀ ਨੇ ਰਾਹ ਦੇ ਸਾਰੇ ਸਮਾਚਾਰ ਗੁਰੂ ਦਸਮ ਪਾਤਸ਼ਾਹ ਜੀ ਨੂੰ ਸੁਣਾਏ ਅਤੇ ਅਖੀਰ ਵਿੱਚ ਸਾਈਂ ਦਰਗਾਹੀ ਸ਼ਾਹ ਜੀ ਦੀ ਸਾਰੀ ਕਹਾਣੀ ਸੁਣਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਗਏ ਦਾ ਆਦਰ ਕੀਤਾ, ਕਿਸ ਤਰ੍ਹਾਂ ਦਰਸ਼ਨਾਂ ਦੀ ਲਾਲਸਾ ਕੀਤੀ, ਕਿਸ ਤਰ੍ਹਾਂ ਗੁਰੂ ਜੀ ਦੇ ਦਰਸ਼ਨ ਕਰਕੇ ਵੈਰਾਗ ਵਿੱਚ ਆਏ, ਕਿਸ ਤਰ੍ਹਾਂ ਔਰੰਗੇ ਦੇ ਔਗਣਾਂ ਨੂੰ ਚਿਤਾਰ ਕੇ ਅਲਾਹੀ ਦਰਬਾਰ ਪਹੁੰਚਣ ਤੋਂ ਪਹਿਲਾਂ ਵਾਧੂਆਵਾਂ ਹੀ ਦਿੱਤੀਆਂ, ਅੰਤ ਵਿੱਚ ਗਲ ਵਿੱਚ ਕੱਪੜਾ ਪਾ ਕੇ ਦਰਸ਼ਨ ਕਰਨ ਲਈ ਕਿਸ ਤਰ੍ਹਾਂ ਜੋਦੜੀਆਂ ਕੀਤੀਆਂ ਅਤੇ ਆਸ਼ਾਵਾਦੀ ਹੋ ਕਿਸ ਤਰ੍ਹਾਂ ਦਰਸ਼ਨਾਂ ਦੀ ਚਾਹ ਵਿੱਚ ਬੈਠੇ ਹਨ, ਇਹ ਸਾਰਾ ਕੁਛ ਗੁਰੂ ਜੀ ਨੂੰ ਭਾਈ ਜੈਤਾ ਜੀ ਨੇ ਦੱਸਿਆ। ਹਜ਼ੂਰ ਨੇ ਸਾਈਂ ਦੇ ਪ੍ਰੇਮ ਦੀ ਸ਼ਲਾਘਾ ਕਰਕੇ ਆਖਿਆ, ਭਾਈ ਜੈਤਾ, ਜਦ ਅਸੀਂ ਉੱਧਰ ਚੱਲਾਂਗੇ ਤਾਂ ਸਾਨੂੰ ਯਾਦ ਕਰਾਏ, ਅਸੀਂ ਜ਼ਰੂਰ ਹੀ ਅਜਿਹੇ ਬਜ਼ੁਰਗ ਦੇ ਦਰਸ਼ਨ ਕਰਾਂਗੇ। ਭਾਈ ਜੈਤਾ ਜੀ ਨੇ ਕਿਹਾ, ਸਤ ਬਚਨ ਮਹਾਰਾਜ ਜੀ, ਜੈਸੀ ਆਗਿਆ ਹੋਈ, ਸਮਾਂ ਆਉਣ 'ਤੇ ਐਸਾ ਹੀ ਕੀਤਾ ਜਾਏਗਾ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੌਂਟੇ ਸਾਹਿਬ ਵਿਖੇ 1688 ਤੱਕ ਰਹੇ, ਫਿਰ ਕਪਾਲ ਮੋਚਨ, ਸਢੌਰਾ, ਟੋਕਾ, ਰਾਏਪੁਰ ਰਾਣੀਆਂ ਤੋਂ ਹੁੰਦੇ ਹੋਏ ਨਾਢੇ, ਢਕੌਲੀ ਤੋਂ ਹੋ ਕੇ ਲੋਹਗੜ੍ਹ ਆਏ। ਉਸ ਵਕਤ ਭਾਈ ਜੈਤਾ ਜੀ ਨੇ ਪਾਤਸ਼ਾਹ ਜੀ ਨੂੰ ਯਾਦ ਕਰਾਇਆ ਕਿ ਹਜ਼ੂਰ, ਸਾਈਂ ਦਰਗਾਹੀ ਸ਼ਾਹ ਜਿਨ੍ਹਾਂ ਦੇ ਪਾਸ ਮੈਂ ਰਿਹਾ ਸੀ, ਉਹ ਸ਼ਾਹ ਜੀ ਇੱਥੋਂ ਨੇੜੇ ਹੀ ਰਹਿੰਦੇ ਹਨ, ਉਹਨਾਂ ਨੇ ਮੇਰੇ ਹੱਥੀਂ ਆਪ ਜੀ ਨੂੰ ਸੁਨੇਹਾ ਭੇਜਿਆ ਸੀ ਕਿ ਮੈਂ ਬੁੱਢਾ ਹਾਂ, ਤੁਰਨ ਜੋਗਾ ਨਹੀਂ, ਨਿਮਰਤਾ ਨਾਲ ਮੇਰੀ ਬੇਨਤੀ ਹੈ ਕਿ ਮੈਨੂੰ ਆਪ ਹੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਦਤਾਰ ਜੀ ਨੇ ਫਰਮਾਇਆ, ਚੱਲ ਭਾਈ ਜੈਤਾ, ਉਹਨਾਂ ਬਜ਼ੁਰਗਾਂ ਦੇ ਦਰਸ਼ਨ ਕਰਨ ਵਾਸਤੇ ਚੱਲੀਏ। ਸਾਈਂ ਜੀ ਨੇ ਭਾਈ ਜੈਤਾ ਜੀ ਨੂੰ ਪਹਿਚਾਣ ਲਿਆ ਅਤੇ ਬਸਤਰਾਂ, ਸ਼ਸਤਰਾਂ ਅਤੇ ਕਲਗੀਧਰ ਪਾਤਸ਼ਾਹ ਦਾ ਕਲਗੀ ਤੋੜਾ ਦੇਖ ਕੇ ਅਨੁਮਾਨ ਲਾ ਲਿਆ ਕਿ ਭਾਈ ਜੈਤਾ ਜੀ ਦੇ ਨਾਲ ਦੇ ਸਾਥੀ ਜ਼ਰੂਰ ਹੀ ਦਸਵੇਂ ਗੁਰੂ ਹੋਣਗੇ। ਜਦ ਹਜ਼ੂਰ ਕੋਲ ਆਏ ਤਾਂ ਭਾਈ ਜੈਤਾ ਜੀ ਨੇ ਆਖਿਆ, ਸਾਈਂ ਜੀ, ਸਾਹਿਬ ਆਏ ਹਨ। ਸਾਈਂ ਜੀ ਇਹ ਸੁਣ ਕੇ ਗਦਗਦ ਹੋ ਗਏ, ਝੁੱਕ ਕੇ ਸੱਤ ਸਲਾਮਾਂ ਕੀਤੀਆਂ ਅਤੇ ਆਖਿਆ, ਮੇਰੇ ਧੰਨ ਭਾਗ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੇਰੇ ਬਦਲੇ ਆਪ ਨੇ ਬੜਾ ਕਸ਼ਟ ਕੀਤਾ ਹੈ, ਮੈਨੂੰ ਨਿਮਾਣੇ ਅਤੇ ਨਿਤਾਣੇ ਨੂੰ ਘਰ ਆ ਕੇ ਦਰਸ਼ਨ ਦਿੱਤੇ ਹਨ। ਗੁਰੂ ਜੀ ਨੇ ਫਰਮਾਇਆ, ਸਾਈਂ ਜੀ, ਬਜ਼ੁਰਗਾਂ ਦੇ ਦਰਸ਼ਨ ਕਰਨ ਲਈ ਚੱਲ ਕੇ ਹੀ ਆਉਣਾ ਬਣਦਾ ਹੈ। ਸੇਵਾ ਲਈ ਸਾਈਂ ਜੀ ਨੇ ਦੁੱਧ ਪੇਸ਼ ਕੀਤਾ, ਫਿਰ ਰੱਬੀ ਰਮਜ਼ਾਂ, ਕੁਦਰਤ ਦੇ ਖੇਲ, ਅਲਾਹੀ ਕੌਤਕਾਤ ਤੇ ਵਿਚਾਰਾਂ ਹੁੰਦੀਆਂ ਰਹੀਆਂ। ਸਾਈਂ ਜੀ ਨੇ ਬੇਨਤੀ ਕੀਤੀ, ਪਾਤਸ਼ਾਹ, ਇਹ ਚੋਲਾ ਪੁਰਾਣਾ ਹੋ ਗਿਆ ਹੈ, ਮੈਂ ਚਾਹੁੰਦਾ ਹਾਂ ਕਿ ਚੋਲਾ ਨਵਾਂ ਪਾਵਾਂ। ਮੇਰੀ ਇਹ ਵੀ ਇੱਛਾ ਹੈ ਕਿ ਚੋਲਾ ਛੱਡਣ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਹੋਣ, ਭਾਵ ਆਪ ਜੀ ਦੇ ਸਾਹਮਣੇ ਇਹ ਸਮਾਂ ਬਤੀਤ ਹੋਵੇ। ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਸਾਈਂ ਜੀ, ਅਜੇ ਕੁਝ ਸਮਾਂ ਬਾਕੀ ਹੈ, ਸੋ ਆਪ ਉਹਨਾਂ ਚ ਅਲਾਹੀ ਰੰਗ ਵਿੱਚ ਰੰਗੇ ਹੋਏ ਅੱਲਾ ਪਾਕ ਦਾ ਜਾਪ ਕਰੋ, ਅਸੀਂ ਵਕਤ ਸਿਰ ਪਹੁੰਚ ਜਾਵਾਂਗੇ। ਇਹ ਕਹਿ ਕੇ ਸਤਿਗੁਰੂ ਜੀ ਸਾਈਂ ਜੀ ਪਾਸੋਂ ਵਿਦਾ ਹੋਏ। ਹੌਲੀ ਹੌਲੀ ਕੁਝ ਦਿਨ ਗੁਜ਼ਰ ਗਏ। ਇੱਕ ਦਿਨ ਅੰਮ੍ਰਿਤ ਵੇਲੇ ਦਸਵੇਂ ਪਾਤਸ਼ਾਹ ਜੀ ਨੂੰ ਯਾਦ ਕਰਨ ਲੱਗੇ, ਸਮਾਂ ਆਉਣ 'ਤੇ ਕਲਗੀਆਂ ਵਾਲੇ ਆ ਕੇ ਸਾਹਮਣੇ ਖੜ੍ਹੇ ਹੋ ਗਏ। ਸਾਈਂ ਜੀ ਨੇ ਕਿਹਾ, ਪਾਤਸ਼ਾਹ ਆਏ ਹੋ, ਬਾਬਾ ਨਾਨਕ ਜੀ ਵੀ ਨਾਲ ਹਨ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਈਂ ਮੀਆਂ ਮੀਰ ਜੀ ਵੀ ਨਾਲ ਹਨ, ਬਾਬਾ ਤੇਗ ਬਹਾਦਰ ਜੀ ਵੀ ਨਾਲ ਆਏ ਹਨ। ਧੰਨ ਹੋ, ਧੰਨ ਮੇਰੇ ਬਾਲਾ ਪ੍ਰੀਤਮ ਜੀ, ਧੰਨ ਹੋ, ਮੇਰੇ ਲਈ ਇੰਨਿਆਂ ਨੇ ਕਸ਼ਟ ਕੀਤਾ, ਇਹ ਠੀਕ ਹੈ, ਇਹ ਮੈਨੂੰ ਲੈਣ ਆਏ ਹਨ ਅਤੇ ਮੈਂ ਇਹਨਾਂ ਦੇ ਨਾਲ ਹੀ ਜਾਂਦਾ ਹਾਂ। ਇੰਨਾ ਕਹਿੰਦਿਆਂ ਹੀ ਆਵਾਜ਼ ਧੀਮੀ ਹੁੰਦੀ ਗਈ, ਆਖਿਰ ਆਵਾਜ਼ ਆਉਣੀ ਬੰਦ ਹੋ ਗਈ। ਸਾਈਂ ਜੀ ਸਦਾ ਦੀ ਨੀਂਦ ਸੌਂ ਗਏ। ਬਾਜਾਂ ਵਾਲੇ ਪਾਤਸ਼ਾਹ ਨੇ ਸਿੱਖਾਂ ਨੂੰ ਨਾਲ ਲੈ ਕੇ ਆਪ ਹੀ ਇਸ਼ਨਾਨ ਕਰਵਾਇਆ, ਫਿਰ ਕਬਰ ਕਢਵਾਈ ਅਤੇ ਆਪ ਹੀ ਦਫਨਾਇਆ।
ਅਤੇ ਸ਼੍ਰੀ ਕੀਰਤਪੁਰ ਸਾਹਿਬ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸਾਧ ਸੰਗਤ ਜੀ, ਜਿਸ ਜਗ੍ਹਾ 'ਤੇ ਸਾਈਂ ਪੀਰ ਦਰਗਾਹੀ ਸ਼ਾਹੀ ਜੀ ਨੂੰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਰਸ਼ਨ ਦਿੱਤੇ ਸਨ, ਉਸ ਜਗ੍ਹਾ 'ਤੇ ਅੱਜ ਗੁਰਦੁਆਰਾ ਨਾਭਾ ਸਾਹਿਬ ਬਣਿਆ ਹੋਇਆ ਹੈ। ਪਰ ਕੁਝ ਲੋਕਾਂ ਨੇ ਪੀਰ ਜੀ ਦੀ ਦਰਗਾਹ ਨੂੰ ਗੁਰਦੁਆਰੇ ਤੋਂ ਬਾਹਰ ਵੱਖ ਬਣਾ ਦਿੱਤਾ ਹੈ ਅਤੇ ਅਣਜਾਣ ਲੋਕ ਗੁਰੂ ਜੀ ਨੂੰ ਛੱਡ ਕੇ ਉਹਨਾਂ ਦੇ ਸੇਵਕਾਂ ਪਾਸੋਂ ਮਨੌਤਾਂ ਮੰਗਦੇ ਹਨ। ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਪੀਰ ਦਰਗਾਹੀ ਸ਼ਾਹੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।